खबर पंजाब से है, जहां तरनतारन जिले के सीमावर्ती क्षेत्र थाना हेमकरण के गांव मस्तगढ़ में खेतों में एक ड्रोन मिला। बता दें कि साज सिंह पुत्र अमृत सिंह के खेतों में ड्रोन तैनात होने की गुप्त सूचना मिली। सूचना मिलने पर पुलिस बल मौके पर पहुंचा और DJI मावी क्लासिक 3 ड्रोन बरामद किए। दवाओं की बरामदगी के लिए एक संयुक्त तलाशी अभियान शुरू किया गया, लेकिन कुछ भी संदिग्ध नहीं मिला। पुलिस ड्रोन गतिविधि में शामिल अपराधियों का पता लगाने में खुफिया और वैज्ञानिक जांच कर रही है। तरनतारन से जसबीर सिंह की रिपोर्ट। पाकिस्तान ਦੇ ਵਿੱਚ ਬੈਠੇ ਸਮੰਦਰ ਦੇ ਸਾਡੀਆਂ ਕਾਲੀਆਂ ਭੇਡਾਂ ਮਾੜੇ ਧੰਦੇ ਤੋਂ ਬਾਜ਼ ਨਹੀਂ ਆਉਂਦੀਆਂ ਅਤੇ ਲਗਾਤਾਰ ਜਿਹੜੀ ਆ ਪੰਜਾਬ ਕੋਲ ਸੈਕਿੰਡ ਡਿਫੈਂਸ ਲਾਈਨ 'ਤੇ ਪੂਰੀ ਤਰ੍ਹਾਂ ਚੁਸਤ ਦਰੁਸਤ ਚੁਕੰਨੀ ਹੈ, ਹਮੇਸ਼ਾ ਹੀ ਜਿਹੜੀਆਂ ਇਹ ਪ੍ਰਾਪਤੀਆਂ ਕਰਦੀ ਆ ਰਹੀ ਆ। ਅੱਜ ਵੀ ਇਸੇ ਲੜੀ ਦੇ ਵਿੱਚ ਇੱਕ ਜਿਹੜਾ ਡਰੋਨ ਹੈ ਕੁਆਡਰਕਾਪਟਰ ਇਹ ਮਸਤਗੜ੍ਹ ਪਿੰਡ ਦੇ ਵਿੱਚੋਂ ਜਿਹੜਾ ਰਿਕਵਰ ਹੋਇਆ। ਇਹ ਰਸਾਲ ਸਿੰਘ ਨੇ ਸਾਨੂੰ ਅਮਰੀਕ ਸਿੰਘ ਜਿਹੜੇ ਪਿੰਡ ਮਸਤਗੜ੍ਹ ਦੇ ਨੇ, ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇੱਕ ਪੀਲੇ ਰੰਗ ਦੇ ਕੱਪੜੇ ਦੇ ਵਿੱਚ ਕੋਈ ਚੀਜ਼ ਬੰਨੀ ਜਾਵੇ। ਜਦੋਂ ਇਹਦੀ ਸਰਚ ਚੈੱਕ ਕੀਤਾ ਗਿਆ ਤਾਂ ਇਹਦੇ ਵਿੱਚੋਂ ਡਰੋਨ ਰਿਕਵਰ ਹੋਇਆ। ਇਹਦੀ ਅਸੀਂ ਤੁਰੰਤ ਇਨਫੋਰਮੇਸ਼ਨ ਜਿਹੜੀ ਸਾਡੀ ਕੋਆਰਡੀਨੇਟ ਹੈਗੀ ਆ ਫੋਰਸ BSF ਜਿਹਨਾਂ ਨੂੰ ਦਿੱਤੀ, BSF ਅਤੇ ਪੰਜਾਬ ਪੁਲਿਸ ਨੇ ਜਦੋਂ ਇਹਨੂੰ ਖੋਲ੍ਹ ਕੇ ਸਾਂਝੇ ਤੌਰ 'ਤੇ ਚੈੱਕ ਕੀਤਾ ਤਾਂ ਇਹਦੇ ਵਿੱਚੋਂ ਡਰੋਨ ਰਿਕਵਰ ਹੋਇਆ। ਸੋ ਜਿਹੜੇ ਵਾਰ ਵਾਰ ਜਿਹੜਾ ਪਾਕਿਸਤਾਨ ਨੇ ਡਰੋਨ ਰਾਹੀਂ ਗੈਰ ਕਾਨੂੰਨੀ ਜਿਹੜੀਆਂ ਪਦਾਰਥ ਭੇਜਣ ਦੇ ਵਿੱਚ ਜਿਹੜਾ ਆਵਾਜ਼ ਨਹੀਂ ਆ ਰਿਹਾ, ਸੋ ਉੱਥੇ ਪੁਲਿਸ ਵੀ ਅਤੇ BSF ਵੀ ਕੰਧੇ ਨਾਲ ਕੰਧਾ ਮਿਲਾ ਕੇ ਇਹਨਾਂ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਇਹਨਾਂ ਨੂੰ ਅਸਫਲ ਕਰ ਦਿੱਤੀਆਂ। ਜੇ ਮੈਂ ਹੁਣ ਤੱਕ ਦੀ ਗੱਲ ਕਰਾਂ ਤਾਂ ਇਕੱਲੇ ਸਬਡਿਵੀਜ਼ਨ ਭਿੱਖੀ ਪਿੰਡ ਦੇ ਵਿੱਚ 32 ਦੇ ਕਰੀਬ ਡਰੋਨ ਰਿਕਵਰ ਹੋ ਚੁੱਕੇ ਨੇ ਅਤੇ 32 ਦੇ ਕਿਲੋ ਦੇ ਕਰੀਬ ਜਿਹੜੀ ਆ ਹੈਰੋਨ ਰਿਕਵਰ ਹੋ ਚੁੱਕੀ ਹੈ ਅਤੇ 60 ਦੇ ਕਰੀਬ ਜਿਹੜੇ ਵਿਅਕਤੀ ਨੇ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਨੇ ਉਹਨਾਂ ਨੂੰ ਅਸੀਂ ਫੜ ਕੇ ਨਾਮਜ਼ਦ ਕਰਕੇ ਵੱਖ ਵੱਖ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਹਾਂ। ਸੋ ਜਿੱਥੇ ਅਸੀਂ ਰਸਾਲ ਸਿੰਘ ਨੂੰ ਜਿਹੜੀ ਬਣਦੀ ਰਾਸ਼ੀ ਮਾਨੀ ਉਹ DGP ਸਾਹਿਬ ਪੰਜਾਬ ਵੱਲੋਂ ਜਿਹੜੀ ਆ ਉਹ ਜਿਹੜੀ ਦਿੱਤੀ ਜਾਊਗੀ, ਉੱਥੇ ਨਾਲ ਦੀ ਨਾਲ ਮੈਂ ਪਬਲਿਕ ਨੂੰ ਵੀ ਅਪੀਲ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਸਾਡਾ ਸਾਥ ਦਿੱਤਾ ਇਸੇ ਤਰ੍ਹਾਂ ਸਾਥ ਦੇਈਏ ਅਤੇ ਆਪਾਂ ਆਪਣੇ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਬਣਾਈਏ। ਜਿੱਥੇ ਅਸੀਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮਾਨਯੋਗ DGP ਸਾਹਿਬ ਦੀਆਂ ਹਦਾਇਤਾਂ ਮੁਤਾਬਕ ਸਮਗਲਰਾਂ ਦੇ ਖਿਲਾਫ ਜਿਹੜੀ ਆ ਰੇਡਿੰਗ ਕਰ ਰਹੇ ਨੇ ਉੱਥੇ ਲਗਾਤਾਰ ਅਸੀਂ ਬਰਾਮਦਗੀਆਂ ਨੇ।